ਕੀ ਰੀਜ਼ਨ ਰਿਹਾ ਕਿ ਤੁਸੀਂ ਅੱਜ ਜਿਹੜੀਆਂ ਕੁੜੀਆਂ ਨੂੰ ਪਾ ਕੇ ਨੋਮੀਨੇਸ਼ਨ ਜਿਹੜਾ ਫਾਈਲ ਕਰਨਾ ਪਿਆ? ਖਾਸ ਕਰਕੇ ਕੁੜੀਆਂ ਤਾਂ ਪਾਈਆਂ ਨੇ ਦੋਸਤੋ, ਮੈਂ ਕਿਸਾਨਾਂ ਨੂੰ ਬਚਾਉਣਾ ਚਾਹੁੰਦਾ ਹਾਂ। ਜੇ ਜੀ ਟਿੱਟੂ ਜੀ ਗੱਲ ਕੀਤੀ ਜਾਵੇ, ਹੈ ਤਾਂ ਇਹ ਵੀ ਨਸ਼ਾ ਹੀ ਆ, ਜੇ ਉਹ ਨਸ਼ਾ ਤਾਂ ਇਹ ਵੀ ਤਾਂ ਨਸ਼ਾ ਆ। ਮੈਂ ਤਾਂ ਐਂ ਕਹਿੰਦਾ ਵਾ ਵੀ ਡੋਪ ਟੈਸਟ ਕਰਵਾਓ, ਜਿਹੜੇ ਨੌਜਵਾਨ ਡੋਡੇ ਫੀ ਮਕਾਉਂਦੇ ਆ ਉਹਨਾਂ ਨੂੰ ਮੁਫ਼ਤ ਦੇ ਦਿਓ ਕਾਰਡ ਬਣਾ ਕੇ। ਜਦੋਂ ਬਾਕੀ ਮੁਲਕਾਂ ਦੇ ਵਿੱਚ ਆ ਤਾਂ ਪੰਜਾਬ ਨੂੰ ਕੀ ਗੋਲੀ ਲੱਗੀ ਆ? ਮੈਂ ਕਹਿੰਦਾ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ। ਜਿੱਦਣ ਮੈਨੂੰ ਚੋਣ ਨਿਸ਼ਾਨ ਮਿਲ ਗਿਆ ਵੀਰੇ, ਉੱਦਣ ਆ ਜੀ ਲੈਣ ਲਾ ਦੂੰ ਮੁੱਦਿਆਂ ਦੀ ਗ੍ਰਾਮ। ਖਸਖਸ ਦੀਆਂ ਪੁੜੀਆਂ ਪਾ ਕੇ ਲੁਧਿਆਣਾ ਦੇ DC ਦਫ਼ਤਰ ਦੇ ਵਿੱਚ ਟੀਟੂ ਬਾਣੀਆ ਜੀ ਜਿਹੜੇ ਲੋਕ ਸਭਾ ਉਮੀਦਵਾਰੀ ਲਈ ਆਪਣਾ ਨੋਮੀਨੇਸ਼ਨ ਫਾਈਲ ਕਰਨ ਆਏ ਨੇ ਔਰ ਸਾਡੇ ਨਾਲ ਮੌਜੂਦ ਨੇ। ਟੀਟੂ ਬਾਣੀਆ ਜੀ, ਤੁਸੀਂ ਅੱਜ ਖਸਖਸ ਦੀਆਂ ਪੁੜੀਆਂ ਪਾ ਕੇ ਨੋਮੀਨੇਸ਼ਨ ਫਾਈਲ ਕਰਨ ਆਏ ਹੋ, ਕੀ ਰੀਜ਼ਨ ਰਿਹਾ ਕਿ ਤੁਸੀਂ ਅੱਜ ਜਿਹੜੀਆਂ ਕੁੜੀਆਂ ਨੂੰ ਪਾ ਕੇ ਨੋਮੀਨੇਸ਼ਨ ਜਿਹੜਾ ਫਾਈਲ ਕਰਨਾ ਪਿਆ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਖਸਖਸ ਦੀ ਕੁੜੀਆਂ ਤਾਂ ਪਾਈਆਂ ਨੇ ਦੋਸਤੋ, ਮੈਂ ਕਿਸਾਨਾਂ ਨੂੰ ਬਚਾਉਣਾ ਚਾਹੁੰਦਾ ਵਾਂ। ਸਾਡਾ ਅੰਦਾ ਤਾਂ ਅੱਜ ਭੁੱਖਾ ਮਰ ਰਿਹਾ ਵਗਰਾ, ਕੋਈ ਸਾਰ ਨਹੀਂ ਲੈ ਰਿਹਾ। ਮੈਂ ਸੁਣਿਆ ਕਹਿੰਦੇ ਅੰਦਾ ਤਾਂ ਕਿਸਾਨ ਦਾ ਕਰਜ਼ਾ ਮਾਫ਼ ਕਰਤਾ, ਚਲੋ ਥੈਂਕ ਯੂ ਮਾਫ਼ ਕਰਤਾ, ਕਿ ਜੱਟਾਂ 'ਤੇ ਦੁਬਾਰਾ ਕਰਜ਼ਾ ਨਹੀਂ ਚੜੂਗਾ, ਕੋਈ ਗਰੰਟੀ ਦਿੰਦਾ ਇਸ ਗੱਲ ਦੀ? ਮੈਂ ਦੋਸਤੋ ਖਸਖਸ ਦੀ ਪੁੜੀਆਂ ਤਾਂ ਪਾਈਆਂ ਨੇ, ਮੈਂ ਨੌਜਵਾਨ ਬਚਾਉਣਾ ਚਾਹੁੰਦਾ ਵਾਂ। ਜਿਹੜੇ ਚਿੱਟੇ ਨਾਲ ਮਰ ਰਹੇ ਨੇ, ਮੈਡੀਕਲ ਨਸ਼ਿਆਂ ਨਾਲ ਮਰ ਰਹੇ ਨੇ, ਟੀਕਿਆਂ ਨਾਲ ਮਰ ਰਹੇ ਨੇ, ਮੈਂ ਉਹਨਾਂ ਮਾਵਾਂ ਦੇ ਪੁੱਤ ਬਚਾਉਣਾ ਚਾਹੁੰਦਾ ਵਾਂ। ਕਿਉਂਕਿ ਮਾਂ ਇੱਕ ਨਹੀਂ ਮਰਦੀ, ਪੂਰਾ ਪਰਿਵਾਰ ਮਰ ਜਾਂਦਾ ਵਾ। ਜਿਹਦਾ ਮਰਿਆ ਵਾ ਦੁੱਖ ਉਹਨੂੰ ਪਤਾ ਵਾ, ਬਾਕੀ ਤਾਂ ਲੱਕੜਾਂ ਪਾਉਣ ਵਾਲੇ ਹੁੰਦੇ ਨੇ, ਬਾਕੀ ਤਾਂ ਲੀਡਰ ਬਿਆਨ ਦੇਣ ਵਾਲੇ ਹੁੰਦੇ ਨੇ। ਮੈਂ ਪਾਣੀ ਨੂੰ ਬਚਾਉਣਾ ਚਾਹੁੰਦਾ। ਜੇ ਜੀ ਟਿੱਟੂ ਜੀ ਗੱਲ ਕੀਤੀ ਜਾਵੇ, ਹੈ ਤਾਂ ਇਹ ਵੀ ਨਸ਼ਾ ਹੀ ਆ, ਜੇ ਉਹ ਨਸ਼ਾ ਤਾਂ ਇਹ ਵੀ ਤਾਂ ਨਸ਼ਾ ਆ। ਭਾਅ ਜੀ ਮੈਂ ਤੁਹਾਨੂੰ ਦੱਸਦਾ ਵਾਂ ਵੀ ਆਹ ਹਰਬਲ ਨਸ਼ਾ ਵਾ, ਚਲੋ ਤੁਸੀਂ ਨਸ਼ਾ ਕਹਿੰਦੇ ਹੋ। ਕੀ ਅੱਜ ਪੰਜਾਬ ਦੇ ਵਿੱਚ ਚਿੱਟਾ ਹੈ ਨਹੀਂ, ਡੋਡੇ ਹੈ ਨਹੀਂ, ਫੀਮ ਹੈ ਨਹੀਂ, ਸਰਕਾਰਾਂ ਮਹਿੰਗੇ ਰੇਟ 'ਚ ਵੇਚ ਰਹੀਆਂ ਨੇ ਲਿਆ ਲਿਆ ਕੇ ਕਰਾ। ਕੀ ਸ਼ਰਾਬ ਦੇ ਠੇਕੇ ਆਪਾਂ ਉਹਨੂੰ ਨਸ਼ਾ ਨਹੀਂ ਕਹਿੰਦੇ? ਕਿਹਨੇ ਪੀਤੀ ਦਾਰੂ? ਨਾ ਮੈਂ ਪੀਤੀ, ਨਾ ਬਾਬਾਈਆਂ ਨੇ ਪੀਤੀ, ਕਿਸੇ ਨੇ ਦਾਰੂ ਨਹੀਂ ਪੀਤੀ ਕਰਾ। ਜਿਹੜਾ ਪੈਗ ਲਾਉਣਾ ਲਾ ਲੈਂਦਾ ਵਾ, ਇੰਜੋਇਮੈਂਟ ਆ ਕਰਾ। ਅਤੇ ਬਾਕੀ ਸੂਬਿਆਂ ਦੇ ਵਿੱਚ ਆਪਣਾ ਹਿੰਦੁਸਤਾਨ ਇੱਕ ਆ, ਜੇ ਬਾਕੀ ਸੂਬਿਆਂ ਵਿੱਚ ਖਸਖਸ ਦੀ ਖੇਤੀ ਹੋ ਰਹੀ ਆ ਤਾਂ ਪੰਜਾਬ ਨੂੰ ਗੋਲੀ ਲੱਗੀ ਆ। ਮੈਂ ਤਾਂ ਐਂ ਕਹਿੰਦਾ ਵਾਂ ਵੀ ਡੋਪ ਟੈਸਟ ਕਰਵਾਓ, ਜਿਹੜੇ ਨੌਜਵਾਨ ਡੋਡੇ ਫੀ ਮਕਾਉਂਦੇ ਆ ਉਹਨਾਂ ਨੂੰ ਮੁਫ਼ਤ ਦੇ ਦਿਓ ਕਾਰਡ ਬਣਾ ਕੇ, ਹਸਪਤਾਲਾਂ ਰਾਹੀਂ, ਮੈਡੀਕਲ ਰਾਹੀਂ, ਕਾਨੂੰਨ ਦੇ ਦਾਇਰੇ ਅਨੁਸਾਰ। ਨਾਲ ਜਦੋਂ ਖਸਖਸ ਦੀ ਖੇਤੀ ਹੋਣੀ ਆ ਤਾਂ ਖਸਖਸ ਦੀ ਖੇਤੀ ਕੋਈ ਆਮ ਬੰਦਾ ਨਹੀਂ ਖਰੀਦੂਗਾ, ਤੁਸੀਂ ਨਹੀਂ ਖਰੀਦ ਸਕਦੇ, ਨਾ ਕੋਈ ਹੋਰ, ਉਹਨੂੰ ਗੌਰਮੈਂਟ ਖਰੀਦੂਗੀ। ਗੌਰਮੈਂਟ ਖਰੀਦੂਗੀ, ਸਾਡੇ ਪੰਜਾਬ ਨੂੰ ਇਨਕਮ ਆਊਗੀ, ਰੁਪਈਆਂ ਦੇ ਢੇਰ ਲੱਗ ਜਾਣੇ ਆ, ਬਾਹਰਲੇ ਦੇਸ਼ ਨੂੰ ਮਾਲ ਜਾਊਗਾ। ਆਪਣੇ ਇੱਥੇ ਖਸਖਸ ਦੀ ਖੇਤੀ ਹੋਣ ਦਾ ਇੱਕ ਕਾਰਨ ਆ, ਕਿਉਂਕਿ ਆਪਣੇ ਇੱਥੇ ਪੰਜਾਬ ਛੋਟਾ ਮੁਲਕ ਆ, ਇੱਥੇ 13 MP ਨੇ, ਛੋਟਾ ਬੰਦਿਆਂ ਨੂੰ ਕੋਈ ਚੀਜ਼ ਦਿੰਦੇ ਨਹੀਂ। ਜਦੋਂ ਬਾਕੀ ਮੁਲਕਾਂ ਦੇ ਵਿੱਚ ਆ ਤਾਂ ਪੰਜਾਬ ਨੂੰ ਕੀ ਗੋਲੀ ਲੱਗੀ ਆ? ਮੈਂ ਕਹਿੰਦਾ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ, ਸਰਕਾਰ ਖਰੀਦੇ, ਕਾਨੂੰਨ ਦੇ ਅਨੁਸਾਰ ਨਾਲ ਹੋਣੀ ਚਾਹੀਦੀ ਆ। ਜੇਕਰ ਗੱਲ ਕਰੀਏ, ਤੁਸੀਂ ਖਸਖਸ ਦੀ ਖੇਤੀ ਦੀ ਗੱਲ ਕੀਤੀ, ਡਾਕਟਰ ਧਰਮਵੀਰ ਗਾਂਧੀ ਵੀ ਗੱਲ ਕਰਦੇ ਰਹੇ ਨੇ ਕਿ ਜਿਹੜੀ ਅਜੈਵਿਕ ਖੇਤੀ ਆ ਉਸਨੂੰ ਮਾਨਤਾ ਦੇਣੀ ਚਾਹੀਦੀ ਆ, ਪਰ ਸਰਕਾਰ ਵੱਲੋਂ ਉਸ 'ਤੇ ਮਨਾਹੀ ਲਗਾ ਦਿੱਤੀ ਗਈ ਆ। ਤੁਸੀਂ ਇਸ ਨੂੰ ਆਪਣਾ ਏਜੰਡਾ ਬਣਾ ਕੇ ਚੱਲ ਰਹੇ ਹੋ, ਤੁਹਾਨੂੰ ਲੱਗਦਾ ਕਿ ਲੋਕ ਇਸ ਮਾਮਲੇ ਨੂੰ ਲੈ ਕੇ, ਤੁਸੀਂ ਕਿਸਾਨਾਂ ਦੀ ਗੱਲ ਕੀਤੀ, ਸ਼ਹਿਰੀ ਵੋਟਰ ਜਿਹੜੇ ਨੇ ਉਹਨਾਂ ਨੂੰ ਇਸ ਨਾਲ ਕੋਈ ਲੋਭ ਲਾਲਚ ਨਹੀਂ ਹੈਗਾ, ਕਿ ਮੰਨਦੇ ਹੋ ਤੁਸੀਂ ਕਿ ਇਸ ਆਧਾਰ 'ਤੇ ਵੋਟ ਜਿਹੜੀ ਮਿਲੂਗੀ ਤੁਹਾਨੂੰ? ਤੁਸੀਂ ਸ਼ਹਿਰਾਂ ਦੇ ਵਿੱਚ ਜਾਓ ਜੀ, ਸ਼ਹਿਰਾਂ ਵਾਲੇ ਵੀ ਬੰਦੇ ਹੀ ਨੇ, ਅਸੀਂ ਖੜੇ ਹਾਂ ਸ਼ਹਿਰਾਂ ਵਾਲੇ। ਉਹ ਕਹਿ ਰਹੇ ਆ ਵੀ ਕਿਸੇ ਦਾ ਨੌਜਵਾਨ, ਕਿਸੇ ਦਾ ਚਿੱਟੇ ਨਾ ਮਰੇ। ਸ਼ਹਿਰਾਂ ਵਾਲੇ ਵੱਧ ਸੂਝਵਾਨ ਬੰਦੇ ਨੇ, ਉਹ ਤਾਂ ਰੋਂਦੇ ਨੇ, ਉਹ ਤਾਂ ਪਿੱਟਦੇ ਨੇ ਵੀ ਸਾਡੇ ਪੰਜਾਬ ਨੂੰ ਅੱਜ ਲੀਡਰ ਕਿਸ ਦਿਸ਼ਾ ਵੱਲ ਨਹੀਂ ਲੈ ਗਏ, ਉਹ ਤਾਂ ਆਪ ਖੁਸ਼ ਨੇ ਕਰਾ। ਬਾਕੀ ਬਾਈ ਜੀ ਐਂ ਆ 100 ਬੰਦਾ ਹੁੰਦਾ ਵਾ। ਨਹੀਂ, ਤੁਸੀਂ ਖੇਤੀ ਦੀ ਗੱਲ ਕੀਤੀ, ਖੇਤੀ ਦੀ ਮੈਂ ਗੱਲ ਕਰ ਰਿਹਾ, ਸ਼ਹਿਰਾਂ ਦੇ ਵਿੱਚ ਤਾਂ ਖੇਤੀ ਹੁੰਦੀ ਨਹੀਂ ਹੈਗੀ। ਤੁਸੀਂ ਕਿਸਾਨਾਂ ਦੀ ਗੱਲ ਕੀਤੀ ਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਇੱਕ ਰੋਜ਼ਗਾਰ ਮਿਲ ਜੂਗਾ। ਲੁਧਿਆਣੇ ਸ਼ਹਿਰ ਦੀ ਗੱਲ ਕੀਤੀ, ਅਗਰ ਸ਼ਹਿਰੀ ਹੈ ਜਿਹੜੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੈਟਿਸਫਾਈ ਕਰੂੰਗੇ? ਕੀ ਚੋਣੀ ਮੈਨੀਫੈਸਟੋ ਕੀ ਲੈ ਕੇ ਚੱਲੇ ਹੋ? ਬਾਈ ਜੀ, ਹਜ ਤਾਂ ਮੇਰਾ ਸਭ ਤੋਂ ਪਹਿਲਾ ਮੁੱਦਾ ਹੈਗਾ ਵਾ ਖਸਖਸ ਦੀ ਖੇਤੀ, ਡੋਡੇ ਫੀ ਮਕਲਾਉਣਾ। ਬਾਕੀ ਜਿਹੜੇ ਮੁੱਦੇ ਹੈਗੇ ਆ, ਜਿੱਦਣ ਮੈਨੂੰ ਚੋਣ ਨਿਸ਼ਾਨ ਮਿਲ ਗਿਆ ਵੀਰੇ, ਉੱਦਣ ਆ ਜੀ ਲੈਣ ਲਾ ਦੂੰ ਮੁੱਦਿਆਂ ਦੀ ਗਰਾ। ਗੱਡਰਾਂ ਦਾ ਪਾਣੀ ਸਿੱਧਾ ਹੀ ਆ ਰਿਹਾ ਵਾ ਘਰਾਂ 'ਚ, ਜਿਵੇਂ ਪੈਪਾਂ ਪਾਈਆਂ ਹੁੰਦੀਆਂ ਨੇ। ਯਾਨੀ ਕਹਿੰਦਾ ਵਾ ਕੂੜੇ ਢੇਰ ਦੇਖੋ ਤੁਸੀਂ ਕਿਹੜਾ ਕਿੰਨੇ ਪਏ ਆ, ਤੂੰ ਚਿੰਤਾ ਨਾ ਕਰ ਬਾਈ, ਮੁੱਦਿਆਂ ਦੀ ਕਮੀ ਨਹੀਂ ਆ। ਆਪਾਂ ਇੱਥੋਂ ਜੇ 10 ਕਿਲੋਮੀਟਰ ਚੱਲੀਏ ਤਾਂ ਮੁੱਦੇ ਹੀ ਮੁੱਦੇ ਨੇ ਗਰਾ।
2014 ਦੇ ਵੀ ਲੋਕ ਸਭਾ ਚੋਣਾਵਾਂ ਦੇ ਵਿੱਚ ਤੁਸੀਂ ਨੋਮੀਨੇਸ਼ਨ ਦਾਇਰ ਕੀਤੇ ਸੀਗੇ ਅਤੇ ਇਲੈਕਸ਼ਨ ਲੜੇ ਸੀਗੇ ਤੁਸੀਂ, ਅਤੇ ਉਦੋਂ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਜੇਕਰ ਗੱਲ ਕਰੀਏ ਫਿਰ ਤੁਸੀਂ ਨੋਮੀਨੇਸ਼ਨ ਫਾਈਲ ਕੀਤੇ ਆ ਲੋਕਾਂ 'ਚ? ਨਾਲੇ ਮੈਨੂੰ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਬਾਈ ਜੀ, ਮੇਰੀ ਜ਼ਮਾਨਤ ਜ਼ਬਤ ਹੋ ਗਈ ਸੀ, ਕਿਉਂਕਿ ਸੱਚ ਦੀ ਹਮੇਸ਼ਾ ਜ਼ਮਾਨਤ ਜ਼ਬਤ ਹੁੰਦੀ ਆ। ਅਸੀਂ ਜ਼ਮਾਨਤਾਂ ਜ਼ਮੂਨਤਾਂ ਤੋਂ ਨਹੀਂ ਡਰਦੇ, 25,000 'ਚ ਗੁੱਲਕ ਤੋੜ ਕੇ ਦੇ ਆਏ, ਸਾਨੂੰ ਤਾਂ ਫਾਂਸੀ ਲੱਗ ਜੇ ਤਾਂ ਨਹੀਂ ਆ, ਅਸੀਂ ਸੱਚ ਬੋਲਾਂਗੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਵੱਡੇ ਲੀਡਰ ਜਿਹੜੇ ਮੇਰੇ ਮੁਕਾਬਲੇ ਖੜ੍ਹੇ ਆ, ਮੈਂ ਇਹਨਾਂ ਅੱਖ 'ਚ ਅੱਖ ਮਿਲਾ ਕੇ ਗੱਲ ਕਰਨ, ਉਹ ਕਿਹੜੇ ਕੁ ਗੱਲਾਂ ਕਰਦੇ ਆ? ਲੇਕਿਨ ਇੱਕ ਗੱਲ ਹੋਰ ਵੀ ਆ, ਅੱਜ ਸਾਡੀ ਜ਼ਮਾਨਤ ਜ਼ਬਤ ਹੋਈ ਸੀਗੀ, ਕੱਲ੍ਹ ਨੂੰ ਵੀਰੇ ਲੋਕਾਂ ਨੇ 2 ਮਿੰਟ ਲਾਉਣੇ ਆ ਇਹਨਾਂ ਦੀ ਜ਼ਮਾਨਤ ਜ਼ਬਤ ਹੋਣ ਨੂੰ। ਇਹਨਾਂ ਨੇ ਆਹ ਨਹੀਂ ਗੱਲ ਕਹਿਣੀ ਜ਼ਮਾਨਤ ਜ਼ਬਤ, ਮੈਂ ਤਾਂ ਕਹਿੰਦਾ ਵੀਰੇ ਮੈਂ ਹਰਿਆ ਨਹੀਂ, ਮੇਰੀ ਤਾਂ ਜ਼ਮਾਨਤ ਵੀ ਜ਼ਬਤ ਹੋਈ ਸੀ, ਸੱਚ ਦੀ ਜ਼ਮਾਨਤ ਜ਼ਬਤ ਹੋਈ ਸੀ। ਸੱਚ ਦੀ ਜ਼ਮਾਨਤ ਜ਼ਬਤ ਹੁੰਦੀ ਆ ਜਿਹੜਾ ਪੱਤਰਕਾਰ ਸੱਚੇ ਤਰੀਕੇ ਨਾਲ ਯਾਨੀ ਇੰਟਰਵਿਊ ਲੈਂਦਾ, ਧੱਕੇ ਉਹਨੂੰ ਵੀ ਪੈਂਦੇ ਆ। ਆ ਤੁਸੀਂ ਵੀ ਗੱਲ ਸਮਝਦਾਰ ਹੋ, ਪੱਤਰਕਾਰ ਹੋ, ਜਿਹੜਾ ਸੱਚ ਬੋਲਦਾ ਧੱਕੇ ਉਹਨੂੰ ਵੀ ਪੈਂਦੇ ਆ। ਤੁਸੀਂ ਨਿੱਤ ਕਾਟੋ ਕੋਲੇ ਹੁੰਦਾ ਪੱਤਰਕਾਰਾਂ ਦਾ, ਅੱਜ ਉਹਨੇ ਢਾਲਿਆ ਪੱਤਰਕਾਰ, ਅੱਜ ਉਹਨੇ ਢਾਲਿਆ, ਅਸੀਂ ਦੇਖਦੇ ਹਾਂ। ਸਾਨੂੰ ਪਤਾ ਵਾ ਸਾਡੇ ਵੀਰ ਜਦੋਂ ਸੱਚ ਬੋਲਦੇ ਆ ਤਾਂ ਜੁੱਤੀਆਂ ਮਾਰਦੇ ਆ, ਮੇਰੇ ਤਾਂ ਬਾਈ ਇਹਨਾਂ ਨੇ ਗੋਲੀ ਮਾਰਨੀ ਹੈ ਸਿੱਧੀ, ਮੈਂ ਤਾਂ ਖਤਰੇ 'ਚ ਹਾਂ ਪੂਰਾ। ਤੂੰ ਮੇਰੀ ਫਿਕਰ ਨਾ ਕਰ, ਯਾਨੀ ਜ਼ਮਾਨਤਾਂ ਜ਼ਬਤ ਅੱਜ ਮੇਰੀਆਂ ਹੋਈਆਂ ਨੇ, ਹੁਣ ਮੈਂ ਇਹਨਾਂ ਦੇ ਕਰਵਾਊਂਗਾ ਫਿਰ। ਸੋ ਇਹ ਸਨ ਟੀ2 ਬਾਣੀਆ ਜੀ, ਜਿਨ੍ਹਾਂ ਨੇ ਕਿਹਾ ਕਿ ਪਹਿਲਾਂ ਲੋਕਾਂ ਵੱਲੋਂ ਅਤੇ ਲੀਡਰਾਂ ਵੱਲੋਂ ਮੇਰੀ ਜ਼ਮਾਨਤ ਨੂੰ ਜ਼ਬਤ ਕਰਵਾਇਆ ਗਿਆ ਅਤੇ ਹੁਣ ਉਹਨਾਂ ਦੀਆਂ ਜਿਹੜੀਆਂ ਜ਼ਮਾਨਤਾਂ ਜ਼ਬਤ ਕਰਵਾਉਣਗੇ। ਉਹਨਾਂ ਨੇ ਕਿਹਾ ਕਿ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਉਹ ਆਪਣਾ ਚੋਣ ਮੈਨੀਫੈਸਟੋ ਲੋਕਾਂ ਦੇ ਵਿੱਚ ਰੱਖਣਗੇ, ਉਹਨਾਂ ਨੂੰ ਦੱਸਣਗੇ, ਅਤੇ ਉਹਨਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ। ਕੈਮਰਾਮੈਨ ਸੋਨੀ ਦੇ ਨਾਲ ਰਜਿੰਦਰ ਅਰੋੜਾ, D5 ਚੈਨਲ ਪੰਜਾਬੀ, ਲੁਧਿਆਣਾ।